ਆ ਦੇਖੋ ਬੱਗਾ ਧੂਰੀ ਦੋ ਬੂਫਰ ਲੱਗੇ ਹੋਏ ਨੇ ਆ ਦੇਖੋ ਕਾਲੇ ਢਿੱਡ ਵਾਲਾ 53-10 ਖੜਾ ਬਾਈ ਓਏ ਗੁੱਚੀ ਵਾਲਾ ਸੱਪ ਲਾ ਲਿਓ ਗੰਨ ਦੀ ਜਗ੍ਹਾ ਤੇ ਓਏ ਹੁਣ ਇੱਧਰ ਹੀ ਲੈਣ ਤੇ ਵੀ ਆ ਜਾ ਡਾਕਟਰ ਸਾਹਿਬ ਨਹੀਂ ਇਹਨਾਂ ਕਿਤੇ ਚੱਲਦਾ ਲਓ ਜੀ ਵੀਰੋ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਸਭ ਦੇ ਟਰੈਕਟਰ ਆਪਾਂ ਕੱਢ ਲਿਆ ਅੱਜ ਆਪਾਂ ਪੌਦ ਬੀਜਣੀ ਆ ਆ ਦੇਖੋ ਜਨਰੇਟਰ ਪਾ ਲਿਆ ਆਪਾਂ ਪਿੱਛੇ ਆਪਾਂ ਚੱਲਦੇ ਆ ਮੋਟਰ ਤੇ ਹੁਣ ਲੋ ਜੀ ਕਹਿੰਦੇ ਪਹੁੰਚ ਗਏ ਜੀ ਖੇਤ ਮੈਨੂੰ ਲੱਗਦਾ ਲਾਈਟ ਆ ਕੇ ਭੱਜੀ ਹੋਈ ਹੈ ਹਨਾ ਆਹ ਕੀ ਕਰਿਆ ਹੋਇਆ ਪਾਣੀ ਕਿੱਥੇ ਨੂੰ ਕੱਢਿਆ ਹੋਇਆ ਲੋ ਜੀ ਕਹਿੰਦੇ ਤਾਂ ਪਾਣੀ ਟੁੱਟਿਆ ਹੋਇਆ ਆਲੇ ਦੁਆਲੇ ਹਾਂ ਪਾਣੀ ਟੁੱਟ ਗਿਆ ਜੀ ਦੇਖੋ ਆਲੇ ਦੁਆਲੇ ਵੱਟਾਂ ਪਾਈਆਂ ਦਾ ਆਹ ਫਾਇਦਾ ਹੋ ਗਿਆ ਪਰ ਪਾਣੀ ਯਾਰ ਇੱਧਰ ਨੂੰ ਆ ਗਿਆ ਹੋਊਗਾ ਇੱਧਰ ਨੂੰ ਪਾਣੀ ਰਾਤ ਲਾਈਟ ਆਈ ਹੈ ਫਿਰ 9:30 ਆਉਣੀ ਸੀ ਲਾਈਟ ਪਰ ਲੇਟ ਆਈ ਹੋਊਗੀ ਆਪਾਂ ਇੱਧਰ ਨੂੰ ਲਾ ਲੈਂਦੇ ਹਾਂ ਜਨਰੇਟਰ ਆਪਾਂ ਲਿਆਉਂਦਾ ਚੱਲ ਫਿਰ ਵੀ ਲੋੜ ਪੈ ਜਾਂਦੀ ਆ ਦੇਖੋ ਆਪਾਂ ਨੇ ਜਨਰੇਟਰ ਚਲਾ ਤਾ ਅੱਜ ਪੌਦਰ ਲਾਉਣੀ ਹੈ ਦੇਖੋ ਕਿੰਨੀ ਆਵਾਜ਼ ਕਰਦਾ ਜਨਰੇਟਰ ਤੇ ਮਾੜੀ ਆਵਾਜ਼ ਕਰਦਾ ਕੁਛ ਨੀ ਸੁਣਦਾ ਓਏ ਇੱਥੇ ਬਹਿ ਗਿਆ ਹੈ ਸਾਲਾ ਵਿਹਲਾ ਚਲੋ ਆਪਾਂ ਉੱਧਰ ਚੱਲਦੇ ਹਾਂ ਕਰਾਈਏ ਕੰਮ ਨਾਲ ਹਨਾ ਅੱਜ ਪੌਦਰ ਲਾ ਦੇਣੀ ਆਪਾਂ ਨੇ 2 ਕਿਆਰੀਆਂ ਟਰੈਕਟਰ ਦੇਖੋ ਕਿੰਨੀ ਆਵਾਜ਼ ਕਰਦਾ ਸਲਾਂਸਰ ਕਰਕੇ ਜ਼ਿਆਦਾ ਲੱਗ ਰਹੀ ਆ ਕੁਛ ਨਹੀਂ ਸੁਣਦਾ ਹੈਗਾ ਉਹਦੇ ਕੋਲ ਖੜ ਕੇ ਬਾਹਲੀ ਆਵਾਜ਼ ਹੈ ਆਪਾਂ ਨੂੰ ਕੱਦੂ ਵੇਲੇ ਸਲਾਂਸਰ ਬਦਲਣਾ ਪੈਣਾ ਮਿੱਤਰੋ ਆਹ ਦੇਖੋ ਕਿੰਨਾ ਸਮਾਨ ਇਕੱਠਾ ਹੋ ਗਿਆ ਪਹਿਲਾਂ ਮੈਂ ਉਹ ਕਿਆਰੇ 'ਚੋਂ ਕੱਢਿਆ ਹੁਣ ਇਹ 'ਚੋਂ ਕੱਢਦਾ ਦਿਖਾਵਾਂ ਤੁਹਾਨੂੰ ਮੈਂ ਕਿਤੇ ਮੋਬਾਈਲ ਵੀ ਨਾ ਗਿਰਜੇ ਆਹ ਦੇਖੋ ਕਿੰਨਾ ਇਕੱਠਾ ਹੋਇਆ ਪਿਆ ਇਹ ਸਾਰਾ ਬਾਹਰ ਸੁੱਟਣਾ ਲੈ ਵੀ ਅੜੀ ਲੋ ਪਹਿਲਾਂ ਆਪਾਂ ਇਹਨੂੰ ਬਾਹਰ ਕੱਢ ਦਈਏ ਹੈ ਨਾ ਆਹ ਦੇਖੋ ਬਹੁਤ ਪਈ ਆਹ ਦੇਖੋ ਇਹਨਾਂ ਨੇ ਮੂੰਹ ਕੱਢ ਲਿਆ ਦੇਖੋ ਹੈ ਨਾ ਜੇ ਇੰਨਾ ਕੁ ਮੂੰਹ ਕੱਢ ਲਵੇ ਬਹੁਤ ਤਾਂ ਵਧੀਆ ਹੁੰਦੀ ਹੈ ਜੇ ਤੂੰ ਘੱਟ ਕੱਢੇ ਨਾ ਫਿਰ ਥੋੜ੍ਹਾ ਜਿਹਾ ਜਦੋਂ ਆਪਾਂ ਸਿੱਟਾ ਦੇ ਦਿੰਦੇ ਹਾਂ ਫਿਰ ਬਾਹਰ ਥੋੜ੍ਹੀ ਜਿਹੀ ਹੌਲੀ ਹੌਲੀ ਨਿਕਲਦੀ ਹੈ ਐਤਕੀ ਛੇਤੀ ਨਿਕਲੂ ਆ ਦੇਖੋ ਮੂੰਹ ਨਿਕਲੇ ਹੋਣੇ ਚੱਲ ਬਸ ਜਾਣੀ ਪੌਦ ਦੇ ਵਿੱਚ ਗਰਮ ਪਾਣੀ ਨਹੀਂ ਖੜਨਾ ਚਾਹੀਦਾ ਠੀਕ ਹੈ ਪੌਦ ਪਾਣੀ ਪੈ ਕੇ ਨਿਕਲਣਾ ਚਾਹੀਦਾ ਉਹਨੂੰ ਹਵਾ ਵੀ ਲੱਗਣੀ ਚਾਹੀਦੀ ਹੈ ਸੋਕਾ ਵੀ ਨਹੀਂ ਪੈਣਾ ਚਾਹੀਦਾ ਅਤੇ ਚਲੋ ਇਹਨੂੰ ਪਹਿਲਾਂ ਬਾਹਰ ਕੱਢ ਦਈਏ ਹੈ ਨਾ ਗੰਦ ਮੰਦ ਜਿਹਾ ਇਹ ਸਾਫ਼ ਹੋ ਜੂਗਾ ਫਿਰ ਆਹ ਦੇਖੋ ਸਾਰਾ ਹਵਾ ਨਾਲ ਨਾ ਇੱਥੇ ਆ ਕੇ ਖੜ ਗਿਆ ਸਾਰਾ ਪੌਦ ਆਪਾਂ ਬੀਜਤੀ ਆ ਨਾ ਪੌਦ ਆਪਾਂ ਰਲਾ ਦਈ ਆ ਬੀਜਤੀ ਨਹੀਂ ਪੌਦ ਆਪਾਂ ਰਲਾ ਦਈ ਆ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਚਲੋ ਆਪਾਂ ਹੁਣ ਘਰ ਨੂੰ ਚੱਲਦੇ ਹਾਂ ਟਰੈਕਟਰ ਕਰਦੇ ਹਾਂ ਸਟਾਰਟ ਚੱਲ ਵੀ ਸ਼ੇਰ ਬੱਗੀ ਆ ਲਓ ਜੀ ਕਹਿੰਦੇ ਮਾਸੜ ਕਹਿੰਦਾ ਮੇਰਾ ਕਹਿੰਦਾ ਗੇੜਾ ਦੇ ਕੇ ਦੇਖਣਾ ਮੈਂ ਬੰਪਰ ਬਹੁਤ ਵੱਡਾ ਬੰਪਰ ਤਾਂ ਐਂ ਪਤਾ ਲੱਗਦਾ ਵੀ ਲਵੇਟ ਲਿਆ ਹੌਲੀ ਹੌਲੀ ਦੱਬ ਕੇ ਪੜ੍ਹਾਈ ਕਰੋ ਦੱਬ ਕੇ ਵਧੀਆ ਪੇਪਰ ਕਰੋ ਬੋਰਡ ਦੇ ਐਗਜ਼ਾਮ ਨੇ ਬਹੁਤ ਜ਼ਰੂਰੀ ਨੇ ਅਤੇ ਸਭ ਤੋਂ ਜ਼ਰੂਰੀ ਸਟੱਡੀ ਬਾਕੀ ਕੰਮ ਬਾਅਦ 'ਚ ਅਤੇ ਅੱਜ ਕੁਛ ਚੀਜ਼ਾਂ ਰਹਿ ਗਈਆਂ ਸੀ ਆਪਣੇ ਟਰੈਕਟਰ 'ਤੇ ਲਾਉਣ ਨੂੰ ਹੈ ਨਾ ਮੈਂ ਭੁੱਲ ਆਇਆ ਸੀ ਅਤੇ ਥੋੜ੍ਹਾ ਜਿਹਾ ਹਨੇਰਾ ਵੀ ਹੋ ਗਿਆ ਸੀਗਾ ਅਤੇ ਆਪਾਂ ਚੱਲਦੇ ਅਮਰਗੜ੍ਹ ਲੈ ਕੇ ਆਵਾਂਗੇ ਅਤੇ ਆ ਕੇ ਆਪਾਂ ਟਰੈਕਟਰ 'ਤੇ ਲਾਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਆਹ ਦੇਖੋ ਪ੍ਰਤਾਪ ਵੀ ਰੈਡੀ ਹੋ ਗਿਆ ਇਹਨੇ ਵੀ ਆਪਦੀ ਡਰੈਸ ਚੇਂਜ ਕਰ ਲਈ ਆਹ ਸੀ ਆ ਚੱਲੀਏ ਪੁੱਤ ਆਪਾਂ ਚੱਲਦੇ ਅਮਰਗੜ੍ਹ ਅਤੇ ਲੈ ਕੇ ਆਈਏ ਟਰੈਕਟਰ ਵਾਸਤੇ ਕੁਛ ਸਮਾਨ ਠੀਕ ਹੈ ਅਤੇ ਇੱਕ ਆਪਾਂ ਔਡਰ ਦੇ ਕੇ ਆਉਣਾ ਆਪਣੇ ਟਰੈਕਟਰ ਦੀ ਸਟੇਅਰਿੰਗ ਵਾਸਤੇ ਆਪਾਂ ਸਟੇਅਰਿੰਗ ਦੇ ਵਿੱਚ ਕੁਛ ਖਾਸ ਚੀਜ਼ ਲਵਾਉਣੀ ਹੈ ਲਓ ਜੀ ਵੀਰੇ ਆਪਾਂ ਅਮਰਗੜ੍ਹ ਪਹੁੰਚ ਗਏ ਸੀਗੇ ਬਾਈ ਦੀ ਦੁਕਾਨ 'ਤੇ ਅਤੇ ਆਪਣਾ ਇੱਥੇ ਫਰੈਂਡ ਆਇਆ ਹੋਇਆ ਸੀਗਾ ਉਹਨੇ ਇੱਕ ਟਰੈਕਟਰ ਲਿਆ ਤੁਹਾਨੂੰ ਦਿਖਾਉਣੇ ਆ ਇਹਦੇ ਨਾਲ ਦਾ ਆਪਾਂ ਉਹ ਲੈ ਕੇ ਆਉਣਾ ਜਿਹੜਾ ਮਤਲਬ ਏਅਰ ਕਲੀਨਰ ਹੈ ਅਤੇ ਇੱਕ ਸੁੱਕਾ ਏਅਰ ਕਲੀਨਰ ਆਉਂਦਾ ਉਹ ਕਹਿੰਦੇ ਵਿੱਚੇ ਰਹਿ ਜਾਂਦਾ ਹੁੰਦਾ ਅਤੇ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਦੇਖੋ 32 ਪਹਿਲਾਂ ਮੈਨੂੰ ਲੱਗਿਆ ਵੀ ਕਿਤੇ ਉਹ ਖੜਾ ਹੈ ਆਪਣਾ 3610 ਖੜਾ ਹੈ 32 ਟਰੈਕਟਰ ਹੈ ਇਹ ਹੌਲੈਂਡ ਦਾ ਟਾਇਰ ਇਹਦੇ ਆ ਪਾਏ ਹੋਏ ਨੇ ਤੇਲ 'ਚ ਬ੍ਰੇਕਾਂ ਨੇ 2002 ਮਾਡਲ ਹੈ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਇਹਦਾ ਕੁਛ ਕਰਾਇਆ ਦੇਖੋ ਤੁਸੀਂ ਕਿੰਨਾ ਵਧੀਆ ਇਹਦਾ ਸਰਫੇਸ ਆਉਂਦਾ ਹੈ ਨਾ ਐਂ ਨਹੀਂ ਹੈਗਾ ਵੀ ਆਹ ਬਹੁਤ ਜਗ੍ਹਾ ਉੱਚੀ ਆ ਜਿਵੇਂ ਪੁਰਾਣਾ ਮਾਡਲ ਹੈ ਵੀ ਕਿਤੇ ਮੈਂ ਕਿਹਾ ਕਿਤੇ ਉੱਚਾ ਚੁਕਵਾ ਲਿਆ ਜਿਹੜਾ ਮਤਲਬ ਸਰਫੇਸ ਹੈ ਫਰਸ਼ ਹੈ ਇਹਦਾ ਪਰ ਤੁਸੀਂ ਦੇਖੋ ਆ ਜਗ੍ਹਾ ਕਿੰਨੀ ਵਧੀਆ ਬਣਾਈ ਹੋਈ ਹੈ 32-20 ਟਰੈਕਟਰ ਕਮੈਂਟ ਕਰਕੇ ਦੱਸਿਓ ਇਹ ਛੋਟਾ ਜਿਹਾ ਟਰੈਕਟਰ ਹੌਲੈਂਡ ਵਾਲਿਆਂ ਦਾ ਤੁਹਾਨੂੰ ਵਧੀਆ ਲੱਗਿਆ ਇਹਦਾ ਬਸ ਥੋੜ੍ਹਾ ਜਿਹਾ ਮਤਲਬ ਕੰਮ ਕਰਨਾ ਸਟੇਅਰਿੰਗ ਛੋਟਾ ਛੋਟਾ ਕਰਵਾ ਕੇ ਮਤਲਬ ਪਾਵਰ ਸਟੇਅਰਿੰਗ ਕਰਵਾ ਕੇ ਇਹ ਟਰੈਕਟਰ ਬਹੁਤ ਸੋਹਣਾ ਬਣ ਸਕਦਾ ਆ ਲਿੰਕਾਂ ਦੇਖੋ ਜਦ ਕਿਹੋ ਜਿਹੀਆਂ ਆਉਂਦੀਆਂ ਸੀਆਂ ਰੇਨਲ ਨੇ ਨਾਲ ਦੀਆਂ ਬਹੁਤ ਪਤਲੀਆਂ ਪਤਲੀਆਂ ਲਿੰਕਾਂ ਆਉਂਦੀਆਂ ਸੀਆਂ ਜ਼ਿਆਦਾ ਆਹ ਦੇਖੋ ਉਹੀ ਹੌਲੈਂਡ ਦਾ ਟੂਲ ਬਾਕਸ ਥੋੜ੍ਹਾ ਬਹੁਤਾ ਚੇਂਜ ਪਹਿਲਾਂ ਉਰੇ ਲੱਗਿਆ ਆਉਂਦਾ ਹੁਣ ਉੱਥੇ ਲਾਇਆ ਹੁਣ ਪਲਾਸਟਿਕ ਦਾ ਆਉਣ ਲੱਗ ਗਿਆ ਆਹ ਦੇਖੋ ਕਾਲੇ ਢਿੱਡ ਵਾਲਾ 53-10 ਖੜਾ ਬਾਈ ਓਏ ਇਹ ਆਪਣੇ ਝਨੇਰ ਵਾਲਿਆਂ ਕੋਲ ਹੁੰਦਾ ਸੀਗਾ 2002 ਮਾਡਲ ਇਹਦੇ ਨਾਲ ਦਾ ਟਰੈਕਟਰ ਬਹੁਤ ਘੱਟ ਮਿਲਦਾ ਕਾਲੇ ਢਿੱਡ ਦੇ ਵਿੱਚ ਬਾਹਲੇ ਸੋਹਣੇ ਟਰੈਕਟਰ ਨੇ ਜਾਨ ਬਹੁਤ ਦੀ
ओरिजिनल जॉन्डियर आ चीज है जेडे पहला आए सीगे कॉलर शिफ्ट V2 है ये। ये मैं बहुत चलाया अपने चनेर वाले का चलाया सीगा ये बहुत वधिया ट्रैक्टर सीगा 5310 बहुत घट देखदा हुण कोई ओ कोई 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 बंदा ही है जिहदे कोल मतलब ये जॉन्डियर रखा हुआ काले ढिड वाला। लो जी वीरे थोनू मैं दिखाउणा अपना आह म्यूजिक सिस्टम बाई खड़ा सी इत्थे 5310 अंटीक पीस ने ये किसी किसी को बचे है ट्रैक्टर तो थोनू मैं दिखाउणा। देखो साढ़े ना नेड़े शहर बग्गा धूरी वाला बाई कोई वह लाउंदा है तो वह कस्टम भी करता लाइटिंग जिवें आपां देखे ने तुसीं अजकल डैक इंस्टाग्राम से भी लाइटिंग लगी हुई आ कपड़ा ला के वह ला के ना लैदर ला के आ देखो बग्गा धूरी दो बूफर लगे हुए ने ते आले दुआले दो स्पीकर इधर हो गए ते दो स्पीकर इधर हो गए है ना उपर लाइटिंग लाई हुई है बाई की छतरी ते ते आ देखो इत्थे मतलब ग्रास मैट लग्या होया ते चार स्पीकर इधर ने दो ट्यूटर ने मतलब 8 स्पीकर ने इहदे विच दो बूफर ने 8 स्पीकर ने ते आपां जिहड़ा जदों तैयार करावांगे आपां 4 बूफर तैयार करावांगे बाकी स्पीकर जिन्नी कु जगह होणगे उन्ना कु लग जाणगे है ना आपां यानी बूफर 4 लाउणे आ। आ जाओ मैं तुहानूं दिखावां थोड़ा जिहा नेड़े हो के आ देखो आपां ना लाइटिंग करवाउणी है जिद्दां कि बाई दे आह लाया होया ग्रास मैट आपां विच लाइटिंग करवा के विच नाम लिखाउणा है ते आले दुआले जिहड़ी उह डिजाइनिंग करवा देनी है जिहड़ी लाइटिंग हुंदी हुंदी आ उह करवा देनी आ बाई। लो जी मित्रो आ गए आपां घरे आ लैंदी आ स्प्रे मैट कलर है ते कई जगह ते ना रंग काफ़ी लिहा होया आपां उत्थे बार के देखांगे जिहड़ी गल हैगी स्टिकर वाली मैं पुछिया सीगा भी बॉडी ते उह कहिंदा वीरे ते तूं आप लगना नहीं मैनू आए सीगा भी मैं उत्थों लै आऊंगा ते आके इत्थे चिपका दांगे मैंने कहा सीगा पापा नूं भी लगना नहीं क्योंकि उह अपने तों फिट नहीं आउणा सीगा ते आपां ट्रैक्टर दा कम कराउणा ही है। गाइज जिन्हें सबसक्राइब नहीं किया सबसक्राइब कर लो दो तीन चीज़ा अपने ऑर्डर दित्तियां ने स्पैशल जिहड़ी आपां ट्रैक्टर ते लाउणियां ने आपां बनवा रहे हाँ बन के आउणगियां तुसीं वलॉग कंटिन्यू देखियो ठीक है वलॉग सिरा होण वाले ने आपां नवीं चीज़ा लवावांगे बंपर ते छतरी ते जानी घैंट होण वाले ने वलॉग ठीक है ते चलो आपां पहला ट्रैक्टर उरे लाइए ते देखिए कित्थे कित्थे स्प्रे मारन वाली आ कमेंट भी आउंदे सी मैनूं भी तुसीं कई जगह ते स्प्रे मारन वाली आ स्प्रे मार दो है ना स्मोक टेप करा के देखांगे पहला नहीं वधिया लगे आपां हटा के ना उरे सिंपल ब्लैक टेप करवा देनी आ ते इत्थे कुछ होर लिखवा देना विच कटिंग च करवा दांगे ठीक है ते चलो आपां पहला ना जिथे ब्लैक मतलब ब्लैक स्प्रे मारन वाली आप मारीे मैं तेन करदा स्टार्ट उ करदा अरपी खुली जी जगह पर ये वास्ते स्टिकर लेना सीगा गन उस दिन भुल गए थी ना वो कहता बई ते तो आप नहीं लौट आना तो एक होर गल सोची जी तुम मैं कमेंट करके दस्यो क्योंकि एक बई ने ना मैनू कहा भी वी गुच्ची वाला सप्प ला लो गन की जगह पर भी उरे आप गन लाइए जी आती 47 ठीक है ज फिर गुच्ची वाला सप्प लाइए गुच्ची दे सप्प नूं जगह मैनूं घट लगदी है थोड़ा जिहा ऐ जाऊगा है ना तो कमेंट करके दस्यो भी किदां करिए आपां ठीक है भी किहड़ी चीज़ लाईए ज़्यादा वधिया किहड़ी लगेगी ठीक है। चलो आपां उधर करदे आं ते मारदे आं स्प्रे जिथे लाउण वाली आ इहनूं आपां थल्ले जा लईए नाले ट्रैक्टर रुड़ूगा नहीं है ना हुण इह नहीं पता प्रताप किधर लै गया इहनूं इक तां उरे लाउण वाली आ जिहड़ी हुक आ इह ते लाउण वाली आ ते जदों आपां साफ करवा दांगे ना सारा ही ये उरों साफ करवा देना आप थोड़ी जी ब्लैक स्प्रे मार देंगे उत्थे इत्थे तो मैं मारती सी थोड़ी थोड़ी फिर लाइट तो बजती सी ज़्यादा थोड़ी जी मिट्टी आ है ना मिट्टी साफ करके फिर चलो आप पहला उत्थे मार दें जिथे लाउण वाला है ना आर पी थोड़ा जिहा थले लाउण वाला मैं पहला उत्थे मार दा आ दे इत्थे मार दा पहला फट जा एक मिनट इहनू ऐ करदे हुंदे आ ये गोली जी पता नहीं क्यों पाई हुंदी है इह च है ना चक्कर नहीं पाई हुंदी आ एक जगह ते नहीं फेरी दा हुंदा पुत लो जी पहला तो आप ए करते हैं आ देखो जरा उपरों गंदा लगता ना आ देखो कि खराब है इन खोल दा पहला मैं खोल लैन दे पुत पर है होंगे की है एयर क्लीनर होंगे अच्छा
ਆਪਾਂ ਹੁਣ ਪਾਪਾ ਇਹ ਵੀ ਨਵਾਂ ਲਿਆਉਣਾ ਨਾ ਇਹ ਆਪਾਂ ਲੈ ਕੇ ਆਉਣਾ ਨਵਾਂ ਆਹ ਦੇਖੋ ਫੇਰ ਜਿਹੜਾ ਦੇਖੋ ਲੋ ਜੀ ਹੁਣ ਆਪਾਂ ਇਹਤੇ ਮਾਰਨ ਲੱਗੇ ਹਾਂ ਸਪਰੇ ਦੇਖੋ ਕਿੰਨਾ ਬੁਰਾ ਲੱਗਦਾ ਸੀ ਹਨਾ ਰੰਗ ਲਿਆ ਹੋਇਆ ਸੀਗਾ ਯਾਰ ਪਰ ਇਹਦੇ ਤੇ ਆਹ ਰੱਖਣਾ ਪਊਗਾ ਇੱਦਾਂ ਕੁਛ ਕਿਉਂਕਿ ਫਿਰ ਆਹ ਜਿਹੜਾ ਮਤਲਬ ਇਹਦਾ ਬਟਨ ਜਿਹਾ ਨਾ ਇਹ ਖਰਾਬ ਹੋ ਜਾਂਦਾ ਅਖਬਾਰ ਰੱਖਾਂਗੇ ਪਹਿਲਾਂ ਹੋ ਗਿਆ ਬਸ ਨਹੀਂ ਐਡਾ ਵੱਡਾ ਨਹੀਂ ਫਿਰ ਰੰਗ ਨਹੀਂ ਹੋਣਾ ਲੋ ਜੀ ਆਪਾਂ ਇੱਥੇ ਅਖਬਾਰ ਲਾ ਤਾ ਹਾਂ ਇਹ ਮਾਰ ਦਿੰਦੇ ਨੇ ਲੋ ਜੀ ਪ੍ਰਤਾਪ 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 ਰੁਕ ਕੇ ਪੁੱਤ ਥੋੜ੍ਹਾ ਜਿਹਾ ਆਹ ਸਾਈਡ 'ਤੇ ਹਾਂ ਵੈਰੀ ਗੁੱਡ ਓਏ ਹੋਏ ਮੇਰੀ ਟੀ ਸ਼ਰਟ 'ਤੇ ਕਾਲਾ ਰੰਗ ਚੜ ਗਿਆ ਇਹਨੂੰ ਸੁੱਕ ਜਾਣ ਦੇ ਆਰ ਪੀ ਸੁੱਕੇ ਤੇ ਹੋਊ ਕਿਤੇ ਚੱਕ ਕੇ ਲੈ ਜਾਵੇ ਅਖਬਾਰ ਬਚਾਊਗਾ ਇਹ ਤੇ ਨਹੀਂ ਇਹ ਤਾਂ ਪਲਾਸਟਿਕ ਆ ਹੋਰ ਕਿਤੇ ਨਹੀਂ ਮਾਰਨਾ ਪੁੱਤ ਚਲੋ ਗਾਈਜ਼ ਹੁਣ ਆਪਾਂ ਕਰਨ ਲੱਗਿਆ ਰਾਹ 'ਤੇ ਪਾਪਾ ਇਹ ਤੁਸੀਂ ਕਿਹੜੀ ਸਕੀਮ ਲਾ ਰਹੇ ਹੋ ਉੱਤੇ ਫਿਰ ਜਿੱਥੇ ਨਹੀਂ ਹੋਣ ਵਾਲਾ ਉੱਥੇ ਰੰਗ ਹੋ ਜਾਂਦਾ ਉਹ ਤਾਂ ਮੈਨੂੰ ਪਤਾ ਪਰ ਕਿਵੇਂ ਸਕੀਮ ਲਾ ਰਹੇ ਹੋ ਲੈ ਮੈਂ ਫੜ ਲੈਣਾ ਆਹ ਹਾਏ ਉਰੇ ਤੱਕ ਹਵਾ ਆਉਂਦੀ ਹੈ ਆਏ ਹਾਏ ਨੱਕ ਇੱਕ ਲੱਖ ਤੋਂ ਸਿੱਧਾ ਤਾਂ ਕਰੋ ਇੱਕ ਨੰਬਰ ਹੀ ਹੋ ਜਾਂਦਾ ਕੀ ਹਾਂ ਇਹ ਤਾਂ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਆਇਆ ਰੰਗ ਅਹੀਂ ਟੈਰਾਂ ਤੇ ਮਾਰ ਦੋ ਪੂਰੇ ਚਮਕ ਜਾਣਗੇ ਨਹੀਂ ਪੁੱਤ ਟੈਰਾਂ ਤੇ ਨਹੀਂ ਮਜ਼ਾਕ ਕਰ ਰਹੇ ਆ ਮਜ਼ਾਕ ਵੀ ਨਹੀਂ ਸਮਝਦੇ ਓਹੋ ਮੇਰਾ ਹੱਥ ਲੱਗ ਗਿਆ ਵੈਰੀ ਨਾਈਸ ਸਾਰਾ ਕੱਪੜੇ ਨੂੰ ਨਾ ਹੁਣ ਲੱਗ ਜਾਵੇ ਓਏ ਫੜਾਈ ਚਲਾ ਦਾ ਥੱਡੇ ਤੇ ਚਲਾ ਦੂੰ ਓਏ ਕੈਮਰੇ ਤੇ ਪਊਗਾ ਅੱਖਾਂ 'ਚ ਪੈ ਗਿਆ ਮੂੰਹ 'ਚ ਪੈ ਗਿਆ ਉੱਡ ਕੇ ਮੇਰੇ ਕੰਨੀ ਹਵਾ ਸੀ ਕੀ ਹੋ ਗਿਆ ਤਾਂ ਨੱਕ ਨੂੰ ਚੜਦਾ ਓਏ ਬਹੁਤ ਜ਼ਿਆਦਾ ਹੋਰ ਆਪਾਂ ਇਹ ਤੇ ਕਰਕੇ ਦੇਖੀਏ ਚਲੋ ਆਪਾਂ ਨੂੰ ਪਤਾ ਲੱਗ ਜੂ ਵੀ ਇਹਦੇ ਤੇ ਇਹ ਔੜ ਤਾਂ ਨਹੀਂ ਲੱਗਦਾ ਹੈਗਾ ਓਰੀਜਨਲ ਰੰਗ ਨਾਲੋਂ ਹਨਾ ਆ ਦੇਖੋ ਕਿੰਨਾ ਲੱਗ ਗਿਆ ਆ ਦੇਖੋ ਖਾਸਾ ਕਾਲਾ ਹੋ ਗਿਆ ਸੰਗਲੀ ਤੇ ਵੀ ਕਰਤਾ ਆਪਾਂ ਨੇ ਕਾਲਾ ਸੋਹਣਾ ਲੱਗਣ ਲੱਗ ਗਿਆ ਰਪੀ ਦੇਖੀ ਯਾ ਸੋਹਣਾ ਲੱਗਣ ਲੱਗ ਗਿਆ ਹਨਾ ਬਹੁਤ ਫਰਕ ਪੈ ਗਿਆ ਅੱਧੀ ਖਤਮ ਹੋ ਗਈ ਦੇਖਿਆ ਹੋਰ ਦੇਖ ਵੇਟ ਕਿੰਨਾ ਘਟ ਗਿਆ ਇੱਕ ਤਾਂ ਗਿਆ ਵੈਸੇ ਇਹ ਉਨੀ ਵਧੀਆ ਹੋਣੀ ਹੈਗਾ ਰੇਗ ਮਾਰ ਮਾਰ ਨਾਲ ਸੀ ਥੋੜਾ ਜਿਹਾ ਹੋਰ ਆ ਦੇਖਾ ਪਾਪੜੀਆਂ ਜਿਹਾ ਬਣੀਆਂ ਪਈਆਂ ਜਾਂ ਪਾਪੜੀਆਂ ਹੀ ਬਣੀਆਂ ਜੇ ਪਹਿਲਾਂ ਇਹ ਤੇ ਰੇਗ ਮਾਰ ਮਾਰ ਕੇ ਫੇਰ ਮਾਰਦੇ ਫੇਰ ਬੜਾ ਵਧੀਆ ਹੋ ਜਾਂਦਾ ਹੁਣ ਬੁਰਾ ਨਹੀਂ ਲੱਗਦਾ ਹੈਗਾ ਪਹਿਲਾਂ ਜਿਆਦਾ ਬੁਰਾ ਲੱਗਦਾ ਸੀ ਰੰਗ ਲਿਆ ਹੋਇਆ ਲੋ ਜੀ ਮਿੱਤਰੋ ਆਪਾਂ ਹੁੱਕ ਤੇ ਮਾਰ ਦਈਏ ਤੁਸੀਂ ਮੈਨੂੰ ਪਹਿਲਾਂ ਵੀ ਕਿਹਾ ਸੀ ਵੀ ਹੁੱਕ ਬੁਰੀ ਲੱਗਦੀ ਆ ਆਏ ਹਾਏ ਚੜਦਾ ਬਹੁਤ ਹੈ ਲਓ ਜੀ ਹੁਣ ਦੇਖਿਓ ਵੀ ਉਹ ਆਪਣੇ ਉਹ ਤਾਂ ਨਹੀਂ ਲੱਗਦੀ ਜਰਜੀ ਲੱਗੀ ਹੋਈ ਬੁਰੀ ਤਾਂ ਨਹੀਂ ਲੱਗਦੀ ਹੁਣ ਰੰਗ ਲੈ ਗਿਆ ਸੀਗਾ ਬਹੁਤ ਸੈਂਟ ਲੱਗਣ ਲੱਗ ਗਿਆ ਬਹੁਤ ਵਧੀਆ ਲੱਗਣ ਲੱਗ ਗਿਆ ਲਓ ਜੀ ਆਪਾਂ ਜਾਲੀ ਤੇ ਪੇਂਟ ਕਰ ਦਈਏ ਜਾਲੀ ਤੇ ਕਰ ਇਹ ਬੁਰੀ ਲੱਗਦੀ ਸੀ ਬਹੁਤ ਮੈਨੂੰ ਲੱਗਦਾ ਆਪਣਾ ਸਾਰਾ ਲੱਗ ਜੂ ਇਹ ਹੁਣ ਇਹ ਤੇ ਮੈਂ ਕਰੂੰਗਾ ਵੈਸੇ ਤਾਂ ਆਪਾਂ ਜਾਲੀ ਯਾਰ ਨਵੀਂ ਲਾਉਣ ਵਾਲੀ ਆ ਹੁਣ ਕਰ ਦਿੰਦੇ ਆ ਮੈਨੂੰ ਵੀ ਕਰ ਲੈਣ ਦੋ ਮੈਂ ਵੀ ਕਰਨਾ ਅੱਧਾ ਕਰ ਲਓ ਇੰਨੀ ਸਪੀਡ ਨੀ ਹੁਣ ਇੱਧਰ ਹੀ ਲੈਣ ਤੇ ਵੀ ਆ ਜਾਓ ਡਾਕਟਰ ਸਾਹਿਬ ਲਓ ਜੀ ਜਾਲੀ ਆਪਾਂ ਕਾਲੀ ਕਰਤੀ ਦੇਖੋ ਵਧੀਆ ਲੱਗਦੀ ਹੈ ਨਾ ਪਹਿਲਾਂ ਬੁਰੀ ਲੱਗਦੀ ਸੀ ਬਹੁਤ ਮਤਲਬ ਇਹਦੇ ਤੇ ਮੈਂ ਟਾਇਰ ਚਾੜਤਾ ਸੀਗਾ ਟਰੈਕਟਰ ਦਾ ਤਾਂ ਕਰਕੇ ਬੁਰੀ ਲੱਗਦੀ ਸੀਗੀ ਚਲੋ ਗਾਈਜ਼ ਹੁਣ ਪਾਪਾ ਕਰ ਰਹੇ ਫਿੱਟ ਜਾਲੀ ਪਾਪਾ ਇਹ ਕਰਨੀ ਬਹੁਤ ਜ਼ਿਆਦਾ ਔਖੀ ਆ ਨਾ ਚਲੋ ਹੁਣ ਪਾਪਾ ਹੁਣ ਫਾਈਨਲ ਟੱਚ ਦੇ ਰਹੇ ਹਾਂ ਜਿਹੜਾ ਹੁਣ ਅਸੀਂ ਨੂੰ ਦਿਖਦਾ ਸੀਗਾ ਨਹੀਂ ਇਹਨਾਂ ਕਿਤੇ ਚੱਲਦਾ ਦੂਰੋਂ ਨਹੀਂ ਦਿਖਦਾ ਵੈਸੇ ਤਾਂ ਮਿੱਤਰੋ ਕਾਲੀ ਕਰਤੀ ਜਾਲੀ ਆਪਾਂ ਨੇ ਠੀਕ ਹੈ ਤੇ ਆਹ ਜੇਕਰ ਮੈਂ ਘੁੱਗੀ ਲੈ ਕੇ ਆਇਆ ਸੀਗਾ ਯਾਰ ਉਧਰਲੀ ਘੁੱਗੀ ਮੇਰੇ ਤੋਂ ਟੁੱਟ ਗਈ ਸੀ ਆਹ ਦੇਖੋ ਇੱਧਰ ਵੀ ਮਾਰਤਾ ਮੈਂ ਉਰੇ ਤਾਂ ਜਮਾਂ ਨਹੀਂ ਪਤਾ ਲੱਗਦਾ ਇੱਥੇ ਮਾਰਤਾ ਇੱਧਰ ਮਾਰਤਾ ਅਤੇ ਉਹ ਸਾਈਡ ਵੀ ਮੈਂ ਮਾਰਤਾ ਰੰਗ ਆਪਾਂ ਨੇ ਬਾਈ ਦੋ ਤਿੰਨ ਚੀਜ਼ਾਂ ਤਿਆਰ ਕਰਾਉਣੀਆਂ ਦੇ ਤੀਆਂ ਸਟੇਅਰਿੰਗ ਵਾਸਤੇ ਬੰਪਰ ਵਾਸਤੇ ਅਤੇ ਜਾਲੀ ਵਾਸਤੇ ਠੀਕ ਹੈ ਅਤੇ ਆਪਾਂ ਮੈਂ ਹੁਣ ਨਹੀਂ ਦੱਸਦਾ ਜਦੋਂ ਸਸਪੈਂਸ ਇਹ ਹੋਊਗਾ ਬਸ ਜਦੋਂ ਆਪਾਂ ਲਾਵਾਂਗੇ ਉਹਦੀਆਂ ਦੱਸਾਂਗੇ ਠੀਕ ਹੈ ਅਤੇ ਆਹ ਦੇਖੋ ਹੁਣ ਜਾਲੀ ਸੋਹਣੀ ਲੱਗਣ ਲੱਗ ਗਈ ਪਹਿਲਾਂ ਬਹੁਤ ਬੁਰੀ ਲੱਗਦੀ ਸੀਗੀ ਮੈਨੂੰ ਪਹਿਲਾਂ ਤੁਸੀਂ ਕਮੈਂਟ ਵੀ ਕਰਦੇ ਸੀਗੇ ਓਹੋ ਜਾਲੀ ਦਾ ਇੱਕ ਲੌਕ ਨਹੀਂ ਲੱਗਿਆ ਹੈਗਾ ਯਾਰ ਆਪਾਂ ਨੂੰ ਦੁਬਾਰਾ ਲਾਉਣੀ ਪੈਣੀ ਹੈ ਜਾਲੀ ਕੋਈ ਗੱਲ ਨਹੀਂ ਦੇਖੋ ਕਿੰਨਾ ਫਰਕ ਲੱਗਣ ਲੱਗ ਗਿਆ ਜਾਲੀ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਵੀ ਜਿੱਥੇ ਜਿੱਥੇ ਰਹਿ ਗਈ ਮੈਂ ਥੋੜ੍ਹਾ ਜਿਹਾ ਮਾਰ ਦਿੰਦਾ ਅਤੇ ਕਰ ਦਿੰਦਾ ਫਾਈਨਲ ਆਪਾਂ ਠੀਕ ਹੈ ਲਓ ਜੀ ਇੱਥੇ ਇੱਥੇ ਮਾਰਤਾ ਅਤੇ ਆਹ ਰਾੜ ਜਿਹੜੀ ਆਪਾਂ ਮਤਲਬ ਥੋੜ੍ਹੇ ਮਾਰੇ ਸੀਗੇ ਉਹਨਾਂ ਨੇ ਮਿਸਤਰੀਆਂ ਨੇ ਇਹ 'ਚੋਂ ਰਾੜ ਕੱਢੀ ਸੀ ਆਹ ਨਵੀਂ ਪਾਈ ਸੀ ਨਾ ਇਹ 'ਚੋਂ ਮਸਾਂ ਨਿਕਲੀ ਸੀਗੀ ਤਾਂ ਕਰਕੇ ਇਹ 'ਤੇ ਥੋੜ੍ਹੇ ਮਾਰਨੇ ਪਏ ਸੀ ਰੰਗ ਲਾਤਾ ਸੀ ਇਹ 'ਚੋਂ ਅਤੇ ਆਹ ਦੇਖੋ ਇਹ 'ਤੇ ਮੈਂ ਹੁਣ ਰੰਗ ਮਾਰਤਾ ਦੇਖਣ ਨੂੰ ਹਟ ਗਿਆ
ਤੇ ਇੱਕ ਮਾਰਤਾ ਪਾ ਇਹਤੇ ਰੰਗ ਲੱਗ ਜੂ ਪਤਾ ਆਪਾਂ ਨੂੰ ਵੀ ਕਿੱਦਾਂ ਦਾ ਰਹੂ ਰੰਗ ਠੀਕ ਹੈ ਜੇ ਵਧੀਆ ਰਿਹਾ ਤਾਂ ਆਪਾਂ ਸਾਰਾ ਮਾਰ ਦੇਣਾ ਠੀਕ ਹੈ ਆਪਾਂ ਟਰਾਈ ਕਰਕੇ ਦੇਖਿਆ ਪਹਿਲਾਂ ਥੋੜ੍ਹਾ ਥੋੜ੍ਹਾ ਮਾਰ ਕੇ ਦੇਖਿਆ ਠੀਕ ਹੈ ਤਾਂ ਇੱਕ ਇੱਥੇ ਕਰਤਾ ਆਪਾਂ ਨੇ ਆਹ ਦੇਖੋ ਪਰ ਇਹ ਉਨਾ ਵਧੀਆ ਨਹੀਂ ਹੋਇਆ ਕਿਉਂ ਤੇ ਇਹ ਨਾ ਪੇਪੜੀਆਂ ਜੰਮੀਆਂ ਪਈਆਂ ਸੀ ਤੇ ਰੇਗ ਮਾਰ ਮਾਰਨ ਵਾਲਾ ਸੀਗਾ ਚਲੋ ਇਹ ਤਾਂ ਆਪਾਂ ਚੇਂਜ ਹੀ ਕਰ ਦੇਣਾ ਅੱਜ ਮੈਂ ਦੇਖ ਕੇ ਆਇਆ ਮੰਗਾਉਣਾ ਪੈਣਾ ਆਪਾਂ ਠੀਕ ਆ ਮੈਂ ਆਪਣੇ ਮੰਗਾ ਲਿਆ ਛੋਟਾ ਜਿਹਾ ਉਹ ਲਓ ਜੀ ਵੀਰੇ ਉਹ ਚਲੋ ਅੱਜ ਦਾ ਵਲੋਗ ਆਪਾਂ ਖਤਮ ਕਰਦੇ ਹਾਂ ਇੱਥੇ ਅਤੇ ਬਾਕੀ ਕੁਛ ਚੀਜ਼ਾਂ ਆਪਾਂ ਔਡਰ ਕਰੀਆਂ ਹੋਈਆਂ ਨੇ ਬਹੁਤ ਘੈਂਟ ਨੈਕਸਟ ਵਲੋਗ ਸਿਰਾ ਆਉਣ ਵਾਲੇ ਨੇ ਇੰਨੇ ਤੁਸੀਂ ਪੇਪਰ ਦਿਓ ਠੀਕ ਹੈ ਫੁੱਲ ਸਿਰਾ ਵਲੋਗ ਆਉਣ ਵਾਲੇ ਨੇ ਆਪਣੇ ਚਾਰ ਪੰਜ ਚੀਜ਼ਾਂ ਔਡਰ ਕਰੀਆਂ ਹੋਈਆਂ ਨੇ ਫੁੱਲ ਘੈਂਟ ਅੱਜ ਦਾ ਵਲੋਗ ਫਿਰ ਕਰਦੇ ਹਾਂ ਆਪਾਂ ਇੱਥੇ ਖਤਮ ਅਤੇ ਤੁਹਾਨੂੰ ਦਿਖਾਇਆ ਵੀ ਆਪਾਂ ਕਿੱਥੇ ਕਿੱਥੇ ਪੇਂਟ ਕਰਿਆ ਹੈ ਨਾ ਬੁਰਾ ਲੱਗਦਾ ਸੀਗਾ ਜਿੱਥੇ ਇੱਥੇ ਪੇਂਟ ਲਾਇਆ ਸੀ ਉਹ ਬੁਰਾ ਲੱਗਦਾ ਸੀ ਚਲੋ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਹੈ ਨਾ ਥੈਂਕਸ ਫੋਰ ਵਾਚਿੰਗ ਬਾਏ।